ਗੱਲ ਬਸ ਵੀਰੇ ਤੇ ਵਿਆਹ ਦੇ ਸੀਗੇ ਰਾਤ ਜਾਗੋ ਤੇ ਆਏ ਵੀਰੇ ਰਿਸ਼ਤੇਦਾਰੀ ਚ ਸੀਗੇ ਜੀ ਨੱਚਦੇ ਨੱਚਦੇ ਥੋੜੀ ਜਿਹੀ ਲੜ ਲੁੱਕ ਪਏ ਸੀਗੇ ਜੀ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਮੁੰਡੇ ਮੰਡੇ ਬੁਲਾ ਕੇ ਜੀ ਭਰਾ ਦੇ ਕਿਰਚ ਕੋਲ ਚੰਮ ਮਲਕੀਤ ਸਿੰਘ ਸੀਗੇ ਜੀ ਭਰਾ ਫੌਜ ਸੀਗੇ ਫੌਜੀ ਸੀਗੇ ਜੀ ਹਾਂਜੀ ਫੌਜ ਸੀਗੇ ਮੇਰਾ ਨਾਮ ਗੁਰਤੇਜ ਸਿੰਘ ਜੀ ਅੱਛਾ ਕੀ ਗੱਲਬਾਤ ਹੋਈ ਹੈ ਸਰ ਗੱਲਬਾਤ ਵੀਰੇ ਇੱਥੇ ਵਿਆਹ ਤੇ ਸੀਗੇ ਰਾਤ ਜਾਗੋ ਤੇ ਆਏ ਵੀਰੇ ਜਾਗੋ ਦੇ ਭਰਾ ਆਇਆ ਛੁੱਟੀ ਜੀ ਹੁਣ ਰਿਸ਼ਤੇਦਾਰੀ ਚ ਸੀਗੇ ਜੀ ਨੱਚਦੇ ਨੱਚਦੇ ਥੋੜੀ ਜਿਹੀ ਲੜ ਲੁੜ ਪਏ ਸੀਗੇ ਜੀ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਮੁੰਡੇ ਮੰਡੇ ਬੁਲਾ ਕੇ ਜੀ ਭਰਾ ਦੇ ਕਿਰਚ ਕੋਲ ਚੰਮ ਭਰਾ ਕੌਣ ਸੀਗਾ ਜੀ ਮਲਕੀਤ ਸਿੰਘ ਸੀਗਾ ਜੀ ਭਰਾ ਮੇਰੇ ਫੌਜ ਸੀਗਾ ਫੌਜੀ ਸੀਗਾ ਜੀ ਹਾਂਜੀ ਫੌਜ ਸੀਗੇ ਅੱਛਾ ਕਦੋਂ ਛੁੱਟੀ ਆਈ ਸੀ ਵੀਰੇ ਇਹ 31 ਤਰੀਕ ਦੀ ਸੀਗੀ ਪਹਿਲੀ ਛੁੱਟੀ ਅੱਛਾ 31 ਤਰੀਕ ਦੀ ਪਹਿਲੀ ਛੁੱਟੀ ਜਾਨੀ ਕਿ ਤੁਹਾਨੂੰ ਪਹਿਲੀ ਆਈ ਇੱਕ ਦਿਨ ਪਹਿਲਾਂ ਹੀ ਆਈ ਸੀ ਵੀਰੇ ਮੈਰਿਡ ਸੀਗੇ ਉਹ ਮੈਰਿਡ ਸੀਗੇ ਜੀ ਕੋਈ ਬੱਚਾ ਵੀ ਉਹਨਾਂ ਦੇ ਹਾਂਜੀ 8 ਮਹੀਨੇ ਦੀ ਕੁੜੀ ਆਈ ਅੱਛਾ ਜੀ ਇਹ ਜਿਨ੍ਹਾਂ ਦੇ ਉਹ ਕੋਈ ਪੁਰਾਣੀ ਰੰਜ ਸੀ ਜਿਨ੍ਹਾਂ ਨੇ ਵੀਰੇ ਕੀਤਾ ਵਾ ਕੋਈ ਰੰਜ ਕੁਛ ਨਹੀਂ ਸੀਗਾ ਜੀ ਹਾਂਜੀ ਬਸ ਇਦਾਂ ਹੀ ਨੱਚਦੇ ਨੱਚਦੇ ਲੜ ਪਏ ਜੀ ਬਸ ਬਾਂਹ ਬੂੰਹ ਵੱਜੀ ਆ ਜੀ ਬਸ ਅੱਛਾ ਜੀ ਤੇ ਹੁਣ ਕਿਹੜੇ ਹਸਪਤਾਲ ਖੜੇ ਹੋ ਤੁਸੀਂ ਇਹ ਡੀਐਮਸੀ ਆਈ ਇੱਥੇ ਅੱਛਾ ਇਹ ਉਹਨਾਂ ਦੀ ਅਮ੍ਰਿਤਕ ਲਾਸਟ ਕੋਲ ਬੜਾ ਭਰਾ ਜਿਹੜਾ ਫੌਜ ਵਿੱਚ ਆ ਇੰਡੀਅਨ ਆਰਮੀ ਸਰਵਿਸ ਕਰਦਾ ਕੱਲ ਛੁੱਟੀ ਲੈ ਕੇ ਵਿਚਾਰਾ ਵਿਆਹ ਤੇ ਆਇਆ ਸੀ ਉੱਥੇ ਕੋਈ ਮਾੜੀ ਮੋਟੀ ਨੋਕ ਝੋਕ ਹੋਈ ਹੈ ਉਸ ਦੌਰਾਨ ਕੋਈ ਮੁੰਡਿਆਂ ਨੇ ਦੋ ਤਿੰਨ ਮੁੰਡੇ ਸੀਗੇ ਜਿਹੜੇ ਉੱਥੋਂ ਦੇ ਗਲੀ ਦੇ ਹੀ ਤਿੰਨ ਚਾਰ ਮੁੰਡੇ ਹੋਰ ਉਹਨਾਂ ਨੇ ਬੁਲਾ ਕੇ ਇਹਨੂੰ ਕਿਰਚਾਂ ਦੇ ਨਾਲ ਉਸੇ ਟਾਈਮ ਉੱਥੇ ਖਤਮ ਕਰਤਾ ਮੁੰਡੇ ਨੂੰ ਤੇ ਬਹੁਤ ਵੱਡਾ ਧੱਕਾ ਇੱਕ ਛੋਟਾ ਜਿਹਾ ਬੱਚਾ ਉਹਦੇ ਕਿੰਨੇ ਸਾਲ ਦਾ ਬੱਚਾ ਵੀਰੇ 8 ਮਹੀਨੇ ਦੀ ਕੁੜੀ ਆ ਉਹਦੇ 8 ਮਹੀਨੇ ਦੀ ਕੁੜੀ ਆ ਸ਼ਰੇਆਮ ਧੱਕਾ ਜੀ ਐਡਾ ਵੱਡਾ ਜਿਹੜੇ ਰੋਜ਼ ਕਤਲ ਹੋ ਰਹੇ ਆ ਸ਼ਰੇਆਮ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਕੋ ਇਹੀ ਕਰਾਂਗੇ ਜੀ ਇੱਕ ਤਾਂ ਆਰਮੀ ਕਰਕੇ ਆਏ ਸੀਗੇ ਪੂਰਾ ਨਸ਼ਾ ਕੀਤਾ ਸੀ ਉਹਨਾਂ ਨੇ ਮੁੰਡਾ ਆਰਮੀ ਸੀਗਾ ਜਵਾਨ ਸੀ ਆਰਮੀ ਦਾ ਦੇਸ਼ ਦਾ ਜਵਾਨ ਸੀ ਭੰਗ ਦੇ ਭਾ ਚਲਾ ਗਿਆ ਜੀ ਪੁਲਿਸ ਕੰਪਲੇਂਟ ਕਰਤੀ ਹਾਂਜੀ ਪੁਲਿਸ ਕੰਪਲੇਂਟ ਕਰਤੀ ਜੀ ਰਾਤ ਏਸੀਪੀ ਸਾਹਿਬ ਵੀ ਆਏ ਸੀ ਗੁਰਇਕਬਾਲ ਸਿੰਘ